ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮਨੀ ਫਾਰਮ ਸਤੱਤਰ ਤੋਂ ਅੱਜ ਗੱਲ ਕਰਾਂਗੇ ਜੀ ਆਪਾਂ ਹਰੀ ਖਾਦ ਬਾਰੇ। ਇੱਕ ਪਹਿਲਾਂ ਵੀ ਵੀਡੀਓ ਆਪਣੀ ਇਹ 'ਤੇ ਆ ਚੁੱਕੀ ਆ ਅਤੇ ਕਈ ਵੀਰਾਂ ਦਾ ਹੀ ਫੋਨ ਆ ਰਹੇ ਸੀ ਵੀ ਦੁਬਾਰਾ ਵੀਡੀਓ ਬਣਾਓ ਅਤੇ ਡਿਟੇਲ 'ਚ ਮਾੜਾ ਜਿਹਾ ਹੋਰ ਦੱਸੋ। ਉਹਦੇ ਵਿੱਚ ਜੀ ਆਪਾਂ ਦੱਸਿਆ ਹੋਇਆ ਸੀ ਤੁਹਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਕਿਵੇਂ ਵਧੂਗੀ, ਜਦ ਆਪਾਂ ਰੂੜੀ ਨਾਲ ਵਧਾ ਸਕਦੇ ਹਾਂ ਜੀ। ਰੂੜੀ ਪਾਲੋ 5 ਟਰਾਲੀਆਂ ਇੱਕ ਖੇਤ ਦੀਆਂ, ਜਾਂ ਫਿਰ ਹਰੀ ਖਾਦ। ਹਰੀ ਖਾਦ ਦੇ ਵਿੱਚ ਅਕਸਰ ਕਿਸਾਨ ਨਾਈਟ੍ਰੋਜਨ ਵਾਲੀਆਂ ਫਸਲਾਂ ਬੀਜਦੇ ਸੀ ਪਹਿਲਾਂ, ਜਿਵੇਂ ਢੈਂਚਾ ਹੋ ਗਿਆ ਜਾਂ ਮੂੰਗੀ ਹੋ ਗਈ, ਅਕਸਰ ਆਪਣੇ ਏਰੀਏ 'ਚ ਇਹੀ ਚੱਲਦੀਆਂ ਨੇ ਦੋਏ। ਅਤੇ ਅੱਜ ਗੱਲ ਕਰਾਂਗੇ ਜੀ ਆਪਾਂ ਵੀ 1 ਕਿੱਲੇ ਵਾਸਤੇ ਟੋਟਲ ਆਪਾਂ ਨੂੰ 20 ਕਿੱਲੋ ਬੀਜ ਚਾਹੀਦਾ ਹੋਊਗਾ। ਇਹਦੇ ਵਿੱਚ ਨਾਈਟ੍ਰੋਜਨ ਵਾਲੀਆਂ ਫਸਲਾਂ ਵੀ ਹੋਣਗੀਆਂ, ਕਾਰਬਨ ਵਾਲੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਫਾਈਬਰ ਬਹੁਤ ਮਾਤਰਾ 'ਚ ਹੁੰਦਾ, ਅਤੇ ਮਸਾਲੇ ਵਾਲੀਆਂ ਵੀ ਹੋਣਗੀਆਂ, ਤੇਲ ਬੀਜ ਵਾਲੀਆਂ ਵੀ ਕਹਿ ਦਿੰਦੇ ਆਪਾਂ, ਅਤੇ ਜਿਹੜੀਆਂ ਜ਼ਮੀਨ ਨੂੰ ਠੰਡਾ ਰੱਖਣਗੀਆਂ। ਨੰਬਰ 1 'ਤੇ ਆ ਜਾਓ ਜੀ। ਨੰਬਰ 1 'ਤੇ ਜਿੱਥੋਂ ਤੱਕ ਅਸੀਂ ਨੇ ਇਹ ਬਣਾਈ ਹੈ ਜਾਂ ਆਪਾਂ ਬੀਜਿਆ ਵੀ ਹੋਇਆ 1 ਏਕੜ, ਉਹ ਵੀ ਦਿਖਾਵਾਂਗੇ ਤੁਹਾਨੂੰ ਐਂਡ 'ਤੇ। ਇਹ ਸੂਰਜਮੁਖੀ ਆ ਗਈ ਜੀ, ਇੱਕ ਆ ਗਿਆ ਤਿਲੋਂ। ਇਹ ਦੋ ਫਸਲਾਂ ਦੀ ਹੁਣ ਜਰਮੀਨੇਸ਼ਨ ਵੀ ਵਧੀਆ ਹੋਊਗੀ ਅਤੇ ਦੋ ਫਸਲਾਂ ਗਰੋਥ ਵੀ ਵਧੀਆ ਕਰਨਗੇ। ਇਹ ਤੇਲ ਬੀਜ ਵਾਲੇ ਨੇ ਜੀ, ਜ਼ਮੀਨ ਨੂੰ ਠੰਡਾ ਰੱਖਣਗੇ ਇਹ। ਅਤੇ ਉਹ ਤੋਂ ਬਾਅਦ ਇਹ ਦੋ ਬੀਜ ਨੇ ਸਿਰਫ ਤੇਲ ਬੀਜ ਵਾਲੇ, ਇਹ ਅੱਡ ਲਿਖ ਲਿਓ ਤੁਸੀਂ ਉੱਪਰ, ਯਾਨੀ ਕਿ ਹੈਡਿੰਗ ਪਾ ਲਿਓ ਤੇਲ ਬੀਜ ਵਾਲੀਆਂ ਫਸਲਾਂ ਜਿਹੜੀਆਂ ਹੋਣ ਲੱਗਣਗੀਆਂ ਆਪਣੇ ਏਰੀਏ ਦੇ ਵਿੱਚ। ਤਿਲ ਅਤੇ ਸੂਰਜਮੁਖੀ ਚੂਜ਼ ਕਰੀ ਅਸੀਂ ਨੇ, ਤੁਸੀਂ ਹੋਰ ਵੀ ਕਰ ਸਕਦੇ ਹੋ ਆਪਦੇ ਮੁਤਾਬਕ। ਉਹਤੋਂ ਬਾਅਦ ਹੀ ਚਰੀ, ਮੱਕੀ ਅਤੇ ਬਾਜਰਾ, ਇਹ ਆ ਗਈ ਜੀ ਆਪਣੀ ਫਾਈਬਰ ਵਾਲੀ, ਜੋ ਕਾਰਬਨ ਜ਼ਮੀਨ ਦਾ ਅਪ ਕਰਨਗੀਆਂ। ਉਹਤੋਂ ਬਾਅਦ ਆ ਗਈ ਨਾਈਟ੍ਰੋਜਨ ਵਾਲੀਆਂ ਫਸਲਾਂ, ਇਹ ਸਾਰੀਆਂ ਨਾਈਟ੍ਰੋਜਨ ਫਿਕਸ ਕਰਨਗੀਆਂ। ਇਹ ਟੋਟਲ 20 ਕਿੱਲੋ ਬੀਜ ਬਣ ਗਿਆ ਜੀ, 20 ਕਿੱਲੋ ਬੀਜ ਟੋਟਲ ਮਿਕਸ ਹੋ ਗਿਆ। ਇਹ ਸਾਰਾ ਆਪਾਂ ਨੇ ਮਿਕਸ ਕਰਕੇ ਛੱਟਾ ਦੇ ਦੇਣਾ, ਅਤੇ ਇਹਦੇ ਵਿੱਚ ਅਸੀਂ ਨੇ 1.5 ਕਿੱਲੋ ਸੂਰਜਮੁਖੀ ਲਿੱਤੀ ਆ, 1 ਕਿੱਲੋ ਤਿਲ ਲਿੱਤੇ ਨੇ, ਅਤੇ ਫਿਰ ਕਾਰਬਨ ਵਾਲੀਆਂ ਫਸਲਾਂ ਆ ਗਈਆਂ ਆਪਣੀਆਂ 3, ਚਰੀ 2 ਕਿੱਲੋ, ਮੱਕੀ 2 ਕਿੱਲੋ ਅਤੇ ਬਾਜਰਾ 2 ਕਿੱਲੋ। ਉਹਤੋਂ ਬਾਅਦ ਹੀ 5 ਬੀਜ ਅਸੀਂ ਨੇ ਨਾਈਟ੍ਰੋਜਨ ਵਾਲੇ ਲਿੱਤੇ ਨੇ, ਅਰਹਰ 3 ਕਿੱਲੋ, ਸੋਇਆਬੀਨ 3 ਕਿੱਲੋ, ਜੰਤਰ 3 ਕਿੱਲੋ, ਮੂੰਗੀ 2 ਕਿੱਲੋ ਅਤੇ ਗਵਾਰ 2 ਕਿੱਲੋ। ਇਹ ਬੀਜ ਤੁਸੀਂ ਆਪਦੇ ਹਿਸਾਬ ਨਾਲ, ਕੋਈ ਹੋਰ ਤੁਹਾਨੂੰ ਵੱਧ ਪਤਾ ਹੋਵੇ, ਕੋਈ ਤੇਲ ਬੀਜ ਵਾਲੀਆਂ ਫਸਲਾਂ ਦੇ ਵਿੱਚ ਬੀਜ ਆਉਂਦਾ ਹੋਵੇ, ਉਹ ਵੀ ਲੈ ਸਕਦੇ ਹੋ। ਜਿਵੇਂ ਤੁਹਾਡੀ ਨੌਲੇਜ ਉਵੇਂ ਤੁਸੀਂ ਲੈ ਸਕਦੇ ਹੋ। ਆਪਦੇ ਹਿਸਾਬ ਨਾਲ ਅਸੀਂ ਨੇ ਤੁਹਾਨੂੰ ਸਭ ਦੱਸ ਦਿੱਤਾ। ਇਹ ਟੋਟਲ ਬੀਜ ਜੀ ਆਪਾਂ ਨੇ 20 ਕਿੱਲੋ ਹੀ ਪਾਉਣਾ ਜ਼ਮੀਨ ਦੇ ਵਿੱਚ। ਨਾਈਟ੍ਰੋਜਨ ਵਾਲੀਆਂ ਫਸਲਾਂ ਦੇ ਤੁਸੀਂ ਬੀਜ 12 ਕਿੱਲੋ ਲੈ ਲਓ, ਅਤੇ 6 ਕਿੱਲੋ ਬੀਜ ਲੈ ਲਓ ਤੁਸੀਂ ਜੀ ਆਪਣੀਆਂ ਕਾਰਬਨ ਵਾਲੀਆਂ ਫਸਲਾਂ ਦੇ ਜਿਨ੍ਹਾਂ 'ਚ ਫਾਈਬਰ ਹੁੰਦਾ, ਅਤੇ ਉਹ ਤੋਂ ਬਾਅਦ 2 ਕਿੱਲੋ ਬੀਜ ਤੁਸੀਂ ਲੈ ਲਓ, 2 ਤੋਂ 2.5 ਕਿੱਲੋ ਬੀਜ ਆਪਣਾ ਤੇਲ ਬੀਜ ਵਾਲੀਆਂ ਫਸਲਾਂ 'ਤੇ। ਇਹ ਇੱਕ ਫਾਰਮੂਲਾ ਹੈ, ਉਹਦੇ ਅਕੋਰਡਿੰਗ ਹੀ ਬੀਜ ਪਾਈਓ ਤੁਸੀਂ। ਦੁਬਾਰਾ ਦੱਸ ਦਿੰਦਾ, 12 ਕਿੱਲੋ ਬੀਜ ਨਾਈਟ੍ਰੋਜਨ ਵਾਲੀਆਂ ਫਸਲਾਂ, ਅਤੇ 6 ਕਿੱਲੋ ਬੀਜ ਕਾਰਬਨ ਵਾਲੀਆਂ ਫਸਲਾਂ, ਅਤੇ ਉਹ ਤੋਂ ਬਾਅਦ 2 ਤੋਂ 2.5 ਜਾਂ 3 ਕਿੱਲੋ ਬੀਜ ਤੁਸੀਂ ਤੇਲ ਬੀਜ ਵਾਲੀਆਂ ਫਸਲਾਂ, ਜੋ ਵੀ ਹੋ ਜੇ। ਇਹ ਸਾਰੀਆਂ ਫਸਲਾਂ ਤੁਸੀਂ ਨੇ ਬੀਜ ਆਉਣ ਤੋਂ ਪਹਿਲਾਂ ਮਿੱਟੀ ਦੇ ਵਿੱਚ ਮਿਕਸ ਕਰ ਦੇਣੇ ਆ। ਆਹ 1 ਏਕੜ ਆਪਣੇ ਲਾਇਆ ਸੀ ਜੀ, ਇਹਨੂੰ ਪੂਰਾ 1 ਮਹੀਨਾ 10 ਕੁ ਦਿਨ ਹੋ ਗਏ। ਇਹਦੇ ਵਿੱਚ ਸਾਰੇ ਇਹ 20 ਤਰ੍ਹਾਂ ਦੇ ਬੀਜ ਆਪਾਂ ਨੇ ਮਿਕਸ ਕਰਕੇ ਬੀਜਿਆ ਸੀ, ਅਤੇ ਇਹਨੂੰ ਐਵੇਂ ਹੀ ਆਪਾਂ ਹੁਣ ਬਸ 5, 7 ਜਾਂ 10 ਕੁ ਦਿਨਾਂ ਤੱਕ ਵਿੱਚ ਹੀ ਮਿਕਸ ਕਰ ਦਾਂਗੇ ਰੋਟਾਵੀਟਰ ਦੇ ਨਾਲ। ਅਤੇ ਇਹ ਸਾਰੀਆਂ ਫਸਲਾਂ ਤੁਸੀਂ ਬੀਜ ਆਉਣ ਤੋਂ ਪਹਿਲਾਂ ਵਿੱਚੇ ਵਾਹ ਦੇਣੀਆਂ ਨੇ, ਸ਼ਰਤ ਇਹਨਾਂ ਦੀ ਇਹੀ ਹੁੰਦੀ ਆ। ਨਹੀਂ ਸਾਰੀ ਜ਼ਮੀਨ ਦੀ ਜਿੰਨੀ ਵੀ ਉਪਜਾਊ ਸ਼ਕਤੀ ਉਹ ਸਾਰੀ ਜ਼ਮੀਨ ਬੀਜ ਲੈ ਲੈਂਦਾ, ਯਾਨੀ ਕਿ ਜਿੰਨੇ ਵਿੱਚ ਨਿਊਟ੍ਰੀਸ਼ਨ ਹੁੰਦੇ ਨੇ ਸਾਰੇ ਉਹ ਬੀਜ ਦੇ ਰੂਪ 'ਚ ਆ ਜਾਣਗੇ। ਫਿਰ ਬੀਜ ਆਉਣ ਤੋਂ ਪਹਿਲਾਂ ਸਾਰੀਆਂ ਫਸਲਾਂ ਤੁਸੀਂ ਨੇ ਵਿੱਚੇ ਮਿਕਸ ਕਰ ਦੇਣੀਆਂ ਨੇ, ਯਾਨੀ ਕਿ ਟੋਟਲ ਟਾਈਮ ਇਹਦਾ 40 ਤੋਂ 50 ਕੁ ਦਿਨਾਂ ਦੇ ਵਿੱਚ
ਵਿੱਚ ਮਿਕਸ ਕਰ ਦਿਓ ਜੀ। ਇਹ ਉਪਜਾਊ ਸ਼ਕਤੀ ਨੂੰ ਤੁਹਾਡੀ ਜ਼ਮੀਨ ਦੀ ਬਹੁਤ ਹੱਦ ਤੱਕ ਵਧਾ ਦੇਣਗੇ। ਧੰਨਵਾਦ ਜੀ।